ਬਾਜੀ ਹਾਂਜੀ ਰੋਟੀ ਪੱਕ ਗਈ ਕੋਈ ਨਹੀਂ ਰੋਟੀ ਪੱਕੇ ਪਈ ਤੇ ਸੁਗਰੀ ਵਾਲਾ ਲਗਾ ਜਾ ਸਾਲਾ ਨੇ ਲਾਇਆ ਚਲ ਠੀਕ ਹੈ ਮੈਂ ਲੈ ਆਉਂ ਨਡੂੰਗੀ ਚਾਲ ਅੱਛਾ ਬਾਜੀ ਕੀ ਗੱਲ ਹੈ ਅਜੇ ਤੇ ਸੁੱਤੇ ਪਏ ਨੇ ਉਤੋਂ ਨੌ ਦਾ ਟਾਈਮ ਹੋ ਗਿਆ ਉਠੀਜੇ ਹੀ ਨਹੀਂ ਨੇ ਤੁਸੀਂ ਅਸੀਂ ਸ਼ਾਦੀ ਤੇ ਗਏ ਸੀ ਤਾਂ ਉਦੋਂ ਲੇਟ ਆਇਆ 5 ਕੁ ਵਜੇ ਤਾਂ ਸੌ ਗਿਆ ਧਰਮਜੀ ਦਾ ਦੀ ਨੀਂਦਰ ਪੂਰੀ ਕਰਦਾ ਪਿਆ ਤਾਂ ਮੈਂ ਤਾਂ ਨੀਂਦਰ ਹੀ ਨਹੀਂ ਆਉਂਦੀ ਪਈ ਕਿ ਖੁਰਾਟੇ ਮਾਰੇ ਜਾਂਦੇ ਕਿ ਮੈਂ ਤਾਂ ਬਾਜ਼ਾਰ ਹੋਈ ਖਲੋ ਚਲ ਬਾਜੀ ਮੈਨੂੰ ਸਾਲਣ ਤਾਂ ਦਿਓ ਚਾ ਮੈਂ ਰੋਟੀ ਖਾਊ ਆਸ ਤੇ ਭਾਵਾ ਤੈਨੂੰ ਦੱਸੀ ਜਾਣੀ ਉਦੋਂ 5 ਵਜੇ ਤਾਂ ਹਲੇ ਮੇਰੀ ਨੀਂਦਰ ਹੀ ਨਹੀਂ ਪੂਰੀ ਹੋਈ ਮੈਂ ਤਾਂ ਕੋਈ ਸ਼ੈ ਬਣਾਈ ਕੋਈ ਨਹੀਂ ਹਲੇ ਤੱਕ ਸਾਡੇ ਘਰੇ ਕੋਈ ਸ਼ੈ ਨਹੀਂ ਪੱਕੀ ਪਈ ਚਲੋ ਠੀਕ ਹੈ ਠੀਕ ਹੈ ਮੇਰਾ ਭਰਾ ਦਿਲ ਤੇ ਮੇਰਾ ਐਂ ਪੇ ਕਰਦਾ ਰਮਜੀ ਤੇਰੇ ਮੈਂ ਕੰਨੀ ਗੋੜ ਦੇਵਾਂ ਜਿਵੇਂ ਤੂੰ ਮੇਰੀ ਨੀਂਦਰ ਹਰਾਮ ਕੀਤੀ ਕਲੋਦਾ ਤੈਨੂੰ ਮੈਂ ਸੁੱਤਾ ਸਵਾ ਦੇਵਾਂ ਲਗੇ ਕਿਸੇ ਤਰੀਕੇ ਦਾ ਮੂਡ ਬਾਂਚ ਕਰ ਮੇਰੇ ਤਾਂ ਨੀਂਦਰ ਆਰਾਮ ਕੀਤੀ ਕਲੋਥਾ ਲੱਗਦਾ ਸੁਗਰੀ ਇਥੋਂ ਮੰਜੀ ਚਾਣੀ ਪੈਸੀ ਤਾਂ ਇਹਨੂੰ ਇਹਨੇ ਕੋਈ ਨੀਂਦਰ ਪੂਰੀ ਕਰਨ ਦੇਣੀ ਆਪ ਸੁੱਤਾ ਮਰੇ ਆਪੇ ਹੈ ਨਿੰਦਰ ਪੂਰੀ ਪੇ ਕਰਦੇ ਹੈਗੇ ਤਾਂ ਮੇਰੇ ਸਿਰ ਨੂੰ ਚੱਕਰ ਆਈ ਜਾਂਦੇ ਹੈਗੇ ਨਾ ਮੈਂ ਰੋਟੀਆਂ ਤੈਨੂੰ ਪਕਾ ਕੇ ਦੇਣੀਆਂ ਨੇ ਸੁਗਰੀ ਨੂੰ ਆਖ ਅੰਦਰ ਦਫਾ ਹੁੰਦੀ ਪਈ ਉਸੇ ਲੋ ਅੰਮਾ ਵੀ ਨਾ ਬਿਲਡੋਜ਼ਰ ਤਰ੍ਹਾਂ ਮੇਰੇ ਉੱਤੇ ਚੜਦੀ ਆ ਅੰਦਰ ਤਾਂ ਕਾਹ ਨਹੀਂ ਵਧੀ ਨਹੀਂ ਸੁਗਰੀ ਆ ਸੁਗਰੀ ਕਾਹ ਸ਼ਾਇ ਕਾਹ ਨਹੀਂ ਪਤਾ ਨਹੀਂ ਕਿਹਦੇ ਵਗ ਗਈ ਹੈ ਲੱਖ ਲਾਣਾ ਤੇ ਕੁੱਤਾ ਦਾ ਮੋਹ ਲੰਮਾ ਪਾ ਗਿਆ ਹੈ ਸੁਗਰੀ ਕੋਈ ਨਹੀਂ ਘਰ ਚ ਵਧੀ ਓਏ ਹੋਏ ਓਏ ਅੰਮਾ ਮੇਰੇ ਉੱਤੇ ਚੜਾਈਆਂ ਕੀਤੀ ਆਉਣੀ ਹੈ ਖੈਰ ਹੈ ਤੈਨੂੰ ਜੇ ਅੰਦਰ ਕੋਈ ਨਹੀਂ ਵਾਂਦੀ ਇੱਥੇ ਗੁਆਟੀਆਂ ਆਲੇ ਹੋਣੀ ਉਹ ਤੂੰ ਜਾ ਕੇ ਪਤਾ ਕਰ ਲਾ ਤੂੰ ਪਤਾ ਕਰ ਲਾ ਹਰ ਵੇਲੇ ਉਹ ਵੀ ਤਾਂ ਬੁਖਾਵਲੀ ਹੈ ਉਹਨੂੰ ਭੁੱਖ ਲੱਗੀ ਹੋਸੀ ਇੱਧਰ ਜਾ ਕੇ ਰੋਟੀ ਖਾਣ ਲੱਗ ਪਈ ਹੋਣੀ ਮੇਰੀ ਆਵਾਂ ਨਹੀਂ ਤਾਂ ਖਰਾਬ ਕਰ ਚਾਚਾ ਤੈਨੂੰ ਮੈਂ ਜਦੋਂ ਹੀ ਵੇਖਣਾ ਤੂੰ ਆ ਹੁੱਕਾ ਬਖਾਈ ਰੱਖਣਾ ਕੋਈ ਹੋਰ ਹੀ ਕੰਮ ਕਰ ਲਿਆ ਯਾਰ ਹੁੱਕੇ ਦਾ ਛੇਕਾ ਜੋ ਆ ਮੇਰੀ ਮਜਬੂਰੀ ਰੋਟੀ ਪਾਣੀ ਨਹੀਂ ਆਜ਼ਮਾਉਂਦਾ ਤੇ ਨਾ ਛਿੱਕਾ ਦਾ ਇਤਨਾ ਨਾ ਪਕਾ ਕੇ ਛਿੱਕਿਆ ਕਰੇ ਨਹੀਂ ਚੰਗਾ ਹੁੰਦਾ ਸਰਵਾਰਾ ਹਾਂਜੀ ਇਹਦੇ ਮੇਰੇ ਨੋ ਸੁਗਰੀ ਨਹੀਂ ਆਈ ਨਹੀਂ ਇਹਦਾ ਤਾਂ ਕੋਈ ਨਹੀਂ ਆਇਆ ਅੱਜ ਖੈਰ ਹੈ 12 ਵਜੇ ਤਾਂ ਸੁੱਤੇ ਰਹੇ ਨੇ ਤੇ 12 ਵਜੇ ਸੁੱਤੇ ਰਹੇ ਆ ਰਾਤੇ ਸੀ ਵਾਗਿਆ ਸ਼ਾਦੀ ਤੇ ਮੈਂ ਤੇ ਲੇਟ ਆਇਆ 5 ਵਜੇ ਤਾਂ ਕਰਕੇ ਸੁੱਤੇ ਰਹੇ ਹਾਂ ਅੰਮਾ ਬਾ ਕੇ ਗਿਆ ਤੁਹਾਡੇ ਘਰੋਂ ਸਾਲਣ ਲੈਣ ਅੱਛਾ ਉਸ ਹਲ ਬੰਜੀ ਦੇ ਉੱਤੇ ਉੱਠੀ ਕੇ ਬੈਠੀ ਆਈ ਅੱਛਾ ਠੀਕ ਬੈਠੀ ਹੋਈ ਆਈ ਹਾਂ ਮੈਂ ਕਿ ਪਤਾ ਨਹੀਂ ਇਹਦੇ ਆ ਗਿਓ ਸੀ ਬਸ ਸੁੱਤੇ ਬਸ ਟੁੱਕੋ ਸ਼ੁੱਕਾ ਤਾਂ ਪਕਾਇਆ ਕੋਈ ਨਹੀਂ ਮੇਰੇ ਲੰਦਾਜਾ ਹੀ ਕੋਈ ਨਹੀਂ ਮੈਂ ਤਾਂ ਤੇਰੇ ਕੋਲ ਆਈਆਂ ਪੁੱਛਣ ਵੇ ਕੇ ਤੇਰੇ ਕੋਲ ਆ ਜਾਂਦੀ ਆ ਤੂੰ ਟੁੱਕੋ ਸ਼ੁੱਕਰ ਖਾ ਲੈਂਦੀ ਨਹੀਂ ਅੱਜ ਕੋਈ ਨਹੀਂ ਆਏ ਮੇਰੇ ਲੈ ਤਾਂ ਅੱਛਾ ਚਾਚਾ ਬਖਾ ਲਾ ਹੁਣ ਮੁੜ ਮੈਂ ਵੀ ਦੋ ਘੁੱਟ ਭਰੀ ਜਾਵਾਂ ਵਰ ਲਾ ਹੁਣੇ ਮੈਂ ਅੱਗ ਰੱਖਦਾ ਪਿਆ ਧਾਰ ਲੈਣਾ ਤੂੰ ਵੀ ਆ ਰਮਜ਼ੀ ਆ ਆ ਮੋਏ ਮਾਰੇ ਆ ਉਤਾਂ ਵੀ ਬਾਉ ਸੁਗਰੀ ਉਹਦੇ ਸਰਵਰ ਲੈ ਵੀ ਕੋਈ ਨਹੀਂ ਵਧੀ ਉਹ ਤੂੰ ਇੱਥੇ ਆਦੇ ਹੋਰ ਦੇ ਵੀ ਵੇਖ ਲਵੇਂ ਆ ਕਿਦਾ ਵੇਖ ਲਵਾਂ ਦੇਗੜਾ ਆਂਦਾ ਪਿਆਗਾ ਮੈਂ ਤੁਹਾਡੇ ਲ ਬਾਜੀ ਲੈਣ ਗਿਆ ਤੇ ਉੱਥੇ ਬੈਠੀ ਹੋਈ ਉਠੀ ਕੇ ਤੁਸੀਂ ਸੁੱਤੇ ਪਿਆ ਓਏ ਓਏ ਅੰਮਾ ਮੈਨੂੰ ਲੱਗਦਾ ਹੈ ਸੁਗਰੀ ਨਸ ਗਈ ਏ ਕਿਸੇ ਦੇ ਨਾਲ ਤੇ ਜਿੰਦੇ ਨਾਲ ਨਸੀ ਏ ਉਹਦੇ ਕੋਲ ਮੰਜੀ ਵੀ ਕੋਈ ਨਹੀਂ ਹੋਣੀ ਮੰਜੀ ਆਪਣੀ ਲੈ ਕੇ ਨਸ ਗਈ ਏ ਹਾਂ ਆਪਣਾ ਮੁਕਾਲਾ ਕਰਕੇ ਵਾਗ ਗਏ ਆਏ ਉਹਦੇ ਲੱਛਣ ਪਹਿਲੇ ਵੀ ਨਹੀਂ ਚੰਗੇ ਆ ਤੇ ਰਾਤੀ ਮਹਿੰਦੀ ਤੇ ਨਾ ਦੋ ਤਰਾ ਮੁਛੋਰਾ ਤੋਂ ਉਹਨਾਂ ਦੇ ਮੂੰਹ ਲੋ ਤਾਂ ਕਹਿੰਦੀ ਐ ਹੱਸਦੀ ਆਈ ਓਏ ਅੰਮਾ ਤੂੰ ਮੈਨੂੰ ਉਸ ਟਾਈਮ ਦੱਸ ਦਿੰਦੀ ਤੇ ਮੈਂ ਉਹਦੇ ਜਿਹੜੇ ਦੰਦ ਕੱਟ ਕੱਟ ਕੇ ਲੋਕਾਂ ਨੂੰ ਵਿਖੇਂਦੀ ਪਈ
ਸਾਡੀ ਬੋਂਦ ਵਿੱਚ ਤੋਂ ਮੰਜੀ ਚਾਹ ਕੇ ਆਣ ਨਹੀਂ ਸਮਨਾ ਬਲਕਿ ਹੋਣੀ ਮੰਜੀ ਚਾਹ ਕੇ ਜਾ ਤੇਰਾ ਦਿਮਾਗ ਠੀਕ ਹੈ ਅੱਲਾ ਮੀਆਂ ਦੀ ਜ਼ਮੀਨ ਜਿੱਥੇ ਮਰਜ਼ੀ ਜਾ ਕੇ ਸੋਵਾਂ ਅੱਛਾ ਬੋਂਦ ਸਾਡੀ ਹੈ ਤਾਂ ਮੰਜੀ ਚਾਹ ਕੇ ਤੂੰ ਇੱਥੇ ਆਣ ਕੇ ਸੁੱਤੀ ਪਈ ਆ ਉਲਟਾ ਦਬ ਗਈ ਤੂੰ ਮੈਨੂੰ ਮਾਰੀ ਜਾਣੀ ਹੈ ਮੰਜੀ ਚਾਹ ਕੇ ਨਿਕਲ ਇੱਥੋਂ ਉਹ ਮੇਰਾ ਸੋਹਣਾ ਭਰਾ ਤੂੰ ਤਾਂ ਮੇਰੀ ਗੱਲ ਦਾ ਗੁੱਸਾ ਹੀ ਕਰ ਗਿਆ ਸੁੱਤੀ ਉੱਠੀ ਹੈਗੀ ਤਾਂ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਮੈਂ ਮੂੰਹ 'ਚ ਕੀ ਗੱਲ ਕਰਨੀ ਹੈਗੀ ਤੂੰ ਤਾਂ ਨਰਾਜ਼ ਹੁੰਦਾ ਪਿਆ ਚਾ ਜਾ ਕੇ ਚਕੀ ਲਈ ਬਣਾ ਇਹ ਮੇਰਾ ਪਿਓ ਉਹਦੇ ਟੂਵਲ ਤੇ ਪਾਣੀ ਲਾਈ ਵੰਦਾ ਤੇ ਮੈਂ ਲੱਸੀ ਲਈ ਵੰਦਾ ਉਹਨੂੰ ਪਿਵਾਵ ਨਹੀਂ ਆਈ ਅੱਛਾ ਉਹਨੂੰ ਬਾਅਦ 'ਚ ਪਵਾ ਲਈ ਪਹਿਲੇ ਮੈਨੂੰ ਬਾਹ ਮੇਰਾ ਕਲਿਆ ਸੜੀ ਜਾਂਦਾ ਹੈਗਾ ਮੇਰਾ ਵੇਹ ਦਾ ਹੀਟ ਫੜੀ ਖਲੋਤਾ ਹੈਗਾ ਅੱਲਾ ਦਾ ਨਾਲ ਇੱਕ ਕੱਪ ਦੇ ਵੀ ਆਏ ਤੈਨੂੰ ਲਾਓ ਲੱਗੀ ਖਲੀਏ ਉਹਨ ਦੀ ਨਾ ਤਰੇ ਲੱਥੀ ਦਾ ਮੋੜ ਉਹਨ ਦੀ ਤਰੇ ਲੈ ਜਾਸੀ ਮੈਂ ਸੁਬਹ ਦੀ ਕੋਈ ਸ਼ੈ ਨਹੀਂ ਖਾਦੀ ਪੀਤੀ ਹੈਗੀ ਅਸੀਂ ਸ਼ਾਦੀ ਤੇ ਗਏ ਉਸੇ ਮੁਸੀਬਤ ਖਾਨਾ ਇਹਨਾਂ ਮੈਨੂੰ ਸਮਾਂ ਨਹੀਂ ਦਿੱਤਾ ਤੇ ਮੈਂ ਤਾਂ ਹੁਣ ਤੂੰ ਮੈਨੂੰ ਉਠਾਇਆ ਇੱਥੇ ਆਣ ਕੇ ਜੱਟ ਨੀਂਦਰ ਪੂਰੀ ਹੋਈ ਹੈ ਅੱਛਾ ਮੈਂ ਆਣ ਕੇ ਉਠਾਇਆ ਚਾਹ ਮੈਂ ਨਾ ਹੁੰਦਾ ਤਾਂ ਤੂੰ 3 ਘੰਟੇ ਹੋਰ ਹੀ ਸੁੱਤੀ ਰਵੇਂ ਯਾਰ ਰਮਜ਼ੀਆ ਕੋਤਰਾ ਪਸਾਰਾ ਚਾਹ ਕੇ ਬਲਾ ਬੜ ਗਿਆ ਤੇ ਪਰ ਸੁਗਰੀ ਕਾਹ ਨਹੀਂ ਲੱਭੀ ਹੋ ਗਈ ਕਿਦਾਂ ਨੂੰ ਓਏ ਅੰਮਾ ਮੇਰੇ ਹਿਸਾਬ ਦੇ ਵਿੱਚ ਤਾਂ ਜਿੰਨੀ ਦੇਰ ਹੋ ਗਈ ਹੈ ਹੁਣ ਤਾਂ ਇਹ ਫੈਸਲਾਬਾਦ ਹੀ ਲੱਗ ਗਈ ਹੋਣੀ ਹੈ ਸੁਗਰੀ ਮੰਜੀ ਪਾ ਕੇ ਬੈਠੀ ਹੋਈ ਤੇ ਇੱਕ ਨੌਜਵਾਨ ਸੂਰ ਨੂੰ ਕੋਲ ਬਹਾਈ ਬੈਠੀ ਹੈ ਤੇ ਜੱਗ ਤੇ ਗਿਲਾਸ ਵੀ ਕੋਲ ਪਿਆ ਮੈਨੂੰ ਲੱਗਦਾ ਇੱਥੇ ਸ਼ਰਾਬ ਵੀ ਪੀਂਦੀ ਪਈ ਹੋਣੀ ਹੈ ਓਏ ਮੈਂ ਮਰ ਗਈ ਇਹ ਛੋੜ ਸਾਡੇ ਆਪਣੀ ਇੱਜ਼ਤ ਰੁਲਾ ਛੱਡੀ ਗਈ ਇੱਜ਼ਤ ਤੇ ਸਾਡੀ ਪਾ ਉਡਾ ਛੱਡੀ ਹੈ ਹੁਣ ਮੇਰਾ ਹੱਥ ਰੋਕੀ ਨਾ ਮੈਂ ਦੋਵੇਂ ਦੇ ਡਕਰੇ ਕਰ ਦੇਣੇ ਨੇ ਪੂਰਾ ਜੱਗ ਲੱਸੀ ਦਾ ਛੇਕ ਗਈ ਹੁਣ ਮੈਨੂੰ ਆਪ ਦੇ ਪਿਓ ਵਾਸਤੇ ਘਰੋਂ ਨਵੀਂ ਲੱਸੀ ਲਿਆਣੀ ਪਊ ਤੇ ਜਾ ਕੇ ਲੈ ਆਵੇਂ ਮੇਰਾ ਭਰਾ ਤਾੜੀਆਂ ਤੇ ਮੱਜ ਜਾਗੀਆਂ ਤਾੜੇ ਘਰ ਤੇ ਲੱਸੀ ਮੁੱਕਦੀ ਨਹੀਂ ਹੈਗੀ ਆਂਡੀ ਗਵਾਂਡੀ ਵੀ ਲੈ ਕੇ ਜਾਂਦੇ ਕਿ ਤੇਰੀ ਬੜੀ ਮਿਹਰਬਾਨੀ ਸੁਬਹ ਨਾਲ ਮੈਨੂੰ ਪੂਰਾ ਜੱਗ ਲੱਸੀ ਤੇ ਪਵਾਏ ਤੂੰ ਤਾਂ ਇਹ ਜਿਵੇਂ ਤਰੇ ਡੰਗਾਂ ਦੀ ਤੱਸੀਆਂ ਆ ਤੇਰੀ ਸੱਸ ਤੇ ਤੇਰਾ ਸਾਈ ਕਿਤੇ ਭੱਜੇ ਹੁੰਦੇ ਆ ਜਾ ਕੇ ਵੇਖ ਕੇ ਭੱਜੇ ਹਸਨ ਕੋਈ ਸ਼ੈ ਖਾਂਦੀ ਪੀਂਦੀ ਪਈ ਤਾਂ ਅਸੀਂ ਵੀ ਜਾ ਕੇ ਲੈ ਲਵੀਏ ਯਕੀਨ ਕਰ ਤੁਸੀਂ ਸਾਰਾ ਟਬਰ ਭੁੱਖਿਆਂ ਦਾ ਹੀ ਨਹੀਂ ਆ ਪਿੰਦੀ ਪਈ ਆ ਤਾਂ ਪੈਕ ਤੇ ਪੈਕ ਹਾਂ ਪਿੰਦੀ ਪਈ ਆ ਪੈਕ ਹੁਣ ਖਤਮ ਹੋ ਗਏ ਤੁਸੀਂ ਲੇਟ ਆਪੜੇ ਨੇ ਮੇਰੀ ਗੱਲ ਇਹ ਸੁਣੋ ਤੂੰ ਘਰੋਂ ਮੰਜੀ ਚਾਹੀਏ ਤੇ ਬਾਹਰ ਅਚਾਨ ਕੇ ਮੰਜੀ ਡਾ ਕੇ ਬਾਹ ਗਈ ਹੈ ਕੀ ਮਕਸਦ ਆ ਤੇਰਾ ਘਰ ਸਕੂਨ ਹੀ ਕੋਈ ਤਾਂ ਮੰਜੀ ਡਾਈਏ ਗੀ ਟਾਲੀ ਥਲੇ ਤਾਂ ਕਿ ਤੇ ਸੁੱਤੀ ਆ ਇੱਥੇ ਤਾਂ ਤੈਨੂੰ ਸਕੂਨ ਆਵਣਾ ਹੀ ਆਵਣਾ ਹੈ ਆ ਯਾਰ ਨੂੰ ਜੂ ਕੋਲ ਬਹਾਈ ਬੈਠੀ ਆ ਮੂੰਹ ਸਮਾਲ ਕੇ ਗੱਲ ਕਰ ਰਮਜੀ ਤੇਰੇ ਮੂੰਹ ਉੱਤੇ ਡੱਬਾ ਮਾਰ ਦੇ ਸਾ ਯਾਰ ਉਸੇ ਤੇਰੀ ਅਗਲੀਆਂ ਪਿਛਲੀਆਂ ਦਾ ਯਾਰ ਉਸੇ ਤੇਰੀ ਬਿਆਨ ਤਾਂ ਮੇਰਾ ਯਾਰ ਕੋਈ ਨਹੀਂ ਹੈਗਾ ਰਮਜੀ ਯਾਰ ਕੋਈ ਹੋਸ਼ ਨਾਲ ਗੱਲ ਕਰ ਮੇਰੇ ਤੇ ਐਵੇਂ ਬਦਨਾਮੀ ਲਾਈ ਜਾਣਾ ਖਾ ਮਖਾ ਓ ਮੈਂ ਜੂ ਤੇਰੀ ਸਮਾਨੀ ਦੇ ਕੋਲ ਇਸ ਤਰੀਕੇ ਬੈਠਾ ਹਾਂ ਨਾਲ ਜੋੜ ਕੇ ਤੇ ਤੂੰ ਹੋਸ਼ ਵਿੱਚ ਗੱਲ ਕਰਸੇ ਮੇਰੇ ਨਾਲ ਇਹ ਕੁੱਤਿਆਂ ਤੇ ਕਿਵੇਂ ਭੌਕੀ ਜਾਣਾ ਇਹਨਾਂ ਦੇ ਮੂੰਹ ਦੇ ਉੱਤੇ ਠੋਕੋ ਹੁਣ ਮੈਂ ਇਹਨਾਂ ਦੇ ਮੂੰਹਾਂ ਦੇ ਉੱਤੇ ਠੋਕਾਂਗਾ ਮੂੰਹਾਂ ਦੇ ਉੱਤੇ ਠੋਕਾਂਗਾ ਰਮਜੀ ਕੀ ਹੋ ਗਿਆ ਛੱਡ ਉਹਨੂੰ ਆ ਵੇਖ ਲਾ ਝੂਠਾ ਹੱਥ ਵੱਜ ਗਿਆ ਨਾ ਹੁਣ ਤੇਰਾ ਯਾਰ ਵੱਜ ਗਿਆ ਮੈਂ ਤੇਰੇ ਨਾਲ ਵੀ ਹੁਣੇ ਨਿਭੜ ਲੈਣਾ ਉਹ ਕੌਣ ਸਦਨ ਕੀ ਹੈ ਗਿਆ ਪਿਓ ਨੂੰ ਸਾਧ ਲਵੇ ਮੈਂ ਉਹਦੇ ਪਿਓ ਨਾਲ ਵੀ ਨਿਭੜ ਲਈ ਸਾਂ ਪਰ ਤੇਰੇ ਨਾਲ ਤਾਂ ਨਿਭੜ ਲਵਾਂ ਓਏ ਛੁੜਾ ਲੱਖ ਲਾਣਾ ਮੈਂ ਮਾਰ ਇਹਨੂੰ ਇਹ ਛੱਡ ਮੈਂ ਕਾਲੇ ਬੋਲ ਛੱਡ ਲੱਖ ਲਾਣਾ ਤੇ ਖੋਤੀ ਆ ਓ ਸਾਨੂੰ ਤਾਂ ਜੀਵਨ ਜੋਗਾ ਨਹੀਂ ਛੱਡਦੀ ਪਈਆਂ ਓਏ ਜਿਹੜੀ ਗੱਲ
ਤੂੰ ਸਮਝ ਖਲੋਤਾ ਉਹ ਗੱਲ ਕੋਣੀ ਹੈ ਕਿ ਤੁਹਾਨੂੰ ਮੇਰਾ ਬਰਾ ਕੋ ਲੱਗੇ ਕਿਹੜਾ ਤੇ ਮੇਰਾ ਬਰਾ ਤੇਰੀ ਭੈਣ ਹੁਣੇ ਤਲਾਕ ਦੇ ਸੀ ਚਾ ਅ ਚੋਰ ਵੀ ਕਦੀ ਚੋਰੀਆਂ ਮੰਨੇ ਕੀ ਚੋਰੀ ਕੀਤੀ ਹੈ ਕਿ ਮੈਂ ਤਾਂ ਸ਼ਰੇ ਆਮ ਬੈਠੀ ਮੇਰੇ ਦਿਲ ਚ ਐਸੀ ਕੋਈ ਗੱਲ ਨਹੀਂ ਜੋ ਤੇਰੇ ਦਿਲ ਚ ਆਈ ਖਲੋਤੀ ਨੂੰ ਬੰਦੇ ਆ ਕੇ ਕਾਲੇ ਉਤਾਉਂਗਾ ਆ ਰਮਜ਼ੀ ਯਾ ਇੱਥੇ ਨੂੰ ਨਾ ਕੋਟੋ ਤੇ ਜਾਨ ਨੂੰ ਤਮਾਸ਼ਾ ਨਾ ਵੀ ਖਾ ਇਹਦੇ ਸਿਰ ਤੇ ਮੰਜੀ ਰੱਖ ਕੇ ਤੈਨੂੰ ਘਰ ਲਾ ਚਾ ਤੇ ਘਰ ਜਾ ਕੇ ਇਹਨੂੰ ਪੁੱਛੀ ਮਾਈ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਪਈ ਓਏ ਅੱਗੇ ਤੂੰ ਇਹਨੂੰ ਆਖੀ ਜਾਂਦੀ ਐ ਮਾਰ ਮਾਰ ਹੁਣ ਤੂੰ ਆਖੀ ਜਾਂਦੀ ਇਹਨੂੰ ਘਰ ਲੈ ਜਾ ਕੇ ਮਾਰ ਅੱਗੇ ਮੈਂ ਜੋਸ਼ ਚ ਆਸੂ ਤੇ ਮੈਨੂੰ ਪਤਾ ਨਾ ਲੱਗਾ ਤੈਨੂੰ ਮੈਂ ਆਖਿਆ ਇਹਨੂੰ ਹੋਰ ਕੁੱਟ ਤੇ ਹੁਣ ਮੈਂ ਹੋਸ਼ ਚ ਆ ਗਈ ਆ ਤੇ ਇਹਦੇ ਸਿਰ ਤੇ ਮੰਜੀ ਰਖਾ ਤੈਨੂੰ ਘਰ ਜਾ ਕੇ ਕੁੱਟੀ ਮਾਈ ਖਬਰਦਾਰ ਜਿੰਨੀ ਕੁ ਮਾਰ ਖਾਣੀ ਮੈਂ ਖਾ ਲਿਆ ਕਿ ਹੁਣ ਤੁਸੀਂ ਮਾਂ ਪੁੱਤਰਾ ਮੈਨੂੰ ਹੱਥ ਵੀ ਲਾਇਆ ਨਾ ਤੇ ਚੰਗਾ ਨਹੀਂ ਆਉਣਾ ਹੈਗਾ ਮੰਜੀ ਚਾ ਤੂੰ ਚੁੱਪ ਕਰਕੇ ਮੰਜੀ ਚਾ ਕੇ ਆਦੇ ਸਿਰ ਤੇ ਰੱਖ ਲੈ ਤੇ ਮੇਰੇ ਅੱਗੂ ਲੱਗ ਜਾ ਚਾ ਮੰਜੀ ਚੁੱਪ ਕਰਕੇ ਮੇਰੀ ਅੱਖੀ ਗੁੱਦੂ ਰੋਜ ਆਦੇ ਪੇਕਿਆਂ ਦੇ ਵਗ ਜਾ ਉੱਥੇ ਹੀ ਤਲਾਕ ਪਹੁੰਚ ਜਾ ਸਹੀ ਤੇ ਨਾਲੇ ਗੱਲ ਮੇਰੀ ਨਸੀਹਤ ਦੇਹਣੇ ਚ ਰੱਖ ਲਾ ਕੀ ਅਗਾਂ ਜਿਹਦੇ ਵੀ ਹੁਣ ਤੂੰ ਪਰਨੀ ਜਾਵੇ ਤੇ ਤੇਰਾ ਨਸਣ ਦਾ ਦਿਲ ਕਰੇ ਜਦੋਂ ਵੀ ਨਸੇ ਕਿਸੇ ਨਾਲ ਉਹਨਾਂ ਦੀ ਮੰਜੀ ਚਾਹ ਕੇ ਨਾ ਨਸੀ ਸਿਰਫ ਆਦੇ ਕੱਪੜੇ ਔਰ ਜਿੱਤੀ ਚਾਹ ਕੇ ਨਸੀ ਲੱਖ ਲਾਣ ਤੇ ਤੇਰੀ ਨਸੀਹਤ ਤੇ ਨਸੀਹਤ ਤੇ ਚਾਹੀਦੀ ਦੇਵੇਂ ਮੈਂ ਗਹਿਰਾ ਤਾਂ ਕਿ ਮੈਂ ਹੁਣ ਜਾਂਦੀ ਵੀ ਇਹਦੇ ਮਾਂ ਪਿਓ ਦੇ ਘਰੇ ਤੇ ਤੇਰੀ ਭੈਣ ਹੁਣੇ ਆਉਂਦੀ ਪਈ ਏ ਚੱਲ ਨੀਵੀਂ ਨੀਵੀਂ ਹੋ ਕੇ ਨਿਕਲ ਟਾਈਮ ਨਾ ਜ਼ਾਇਆ ਕਰ ਦਫਾ ਦੂਰ ਹੋ ਜਾ ਆ ਤੁਸੀਂ ਮੇਰੇ ਮਗਰੂ ਲਵਾ ਤੇਰੀ ਭੈਣ ਆਉਂਦੀ ਵੀ ਹੈਗੀ ਮੈਂ ਜਾ ਮੂੰਹ ਮਰਨ ਦੀ ਜਾਇਆ ਦੀ ਐਡੀ ਲੰਮੀ ਜ਼ਬਾਨ ਹੋ ਗਈ ਅੰਮਾ ਹਾਂ ਮੇਰੇ ਸਿਰੇ ਗਾਣੇ ਦਾ ਇੰਤਜ਼ਾਮ ਕਰ ਮੈਂ ਮੋੜ ਪਰਨੇ ਹੁਆ ਮੈਂ ਤੇਰਾ ਇੰਤਜ਼ਾਮ ਕਰ ਲੈਨੀ ਤੈਨੂੰ ਪਰਨਾ ਲੈਨੀ ਨਾ ਮੈਂ ਆਨੀ ਆ ਵੀ ਆਪਾਂ ਵੀ ਚੱਲੀ ਜਾਂਦੇ ਮਗਰ ਤੇਰੀ ਭੈਣ ਨੂੰ ਲਾਇਆ ਵੀ ਆਪਾਂ ਇਹਨਾਂ ਦੇ ਮਗਰ ਨਹੀਂ ਜਾਣਾ ਜੇ ਆਪਾਂ ਉਹਦੇ ਮਗਰ ਚਲੇ ਗਏ ਤੇ ਆਪਾਂ ਗੜੀ ਸਾਂ ਇਹ ਵੀ ਤੇਰੀ ਗੱਲ ਸੱਚੀ ਮੇਰੇ ਪੁੱਤ ਆਪਾਂ ਇੱਥੇ ਜੱਟ ਅਰਮਾਨ ਤਾਂ ਕਰੀਏ ਆਰਾਮ ਕਰਨ ਦਾ ਆਪਣਾ ਟਾਈਮ ਹੈ ਆਪਾਂ ਨਾ ਸਾਂ ਪਵੀ ਸਾਰੀਆਂ ਟੈਨਸ਼ਨਾਂ ਦੂਰ ਹੋ ਗਈਆਂ ਆਪਾਂ ਸਕੂਨ ਨਾਲ ਸਮਝੀਏ ਅੰਮਾ ਜੀ ਹਾਂਜੀ ਅੱਜ ਆਪਾਂ ਖੰਡ ਵਾਲੀ ਚਾਹ ਨਹੀਂ ਪੀਵਣੀ ਅੱਜ ਆਪਾਂ ਪੀਂਦੇ ਪਾਇਆ ਗੋੜ ਵਾਲੀ ਤੇ ਬੜੀ ਚਸ ਆ ਜਾ ਸੀ ਇਨਸ਼ਾਅੱਲਾ ਬੇਟਾ ਤੂੰ ਕਿਉਂ ਟੈਨਸ਼ਨ ਲੈਣਾ ਪਿਆ ਚਾਹ ਚੰਗੀ ਬਣਾਵਾਂਗੇ ਤੇ ਸੁਥਰੀ ਬਣਾਵਾਂਗੇ ਬਣਾ ਲਈ ਨਹੀਂ ਚਾਹ ਕੇ ਬਣਦੀ ਪਈ ਹੈ ਬਣਦੀ ਪਈ ਹੈ ਸੁਗਰੀ ਤੂੰ ਖੈਰ ਨਾਲ ਆਈ ਹੈ ਹਾਂ ਅੰਮਾ ਸੁਗਰੀ ਬੈਣ ਤੈਨੂੰ ਮੈਂ ਕਿੰਨੀ ਵਾਰੀ ਰੋਕਿਆ ਬੇ ਕੱਲੀ ਨਾ ਆਈ ਕਰ ਆਪਦੇ ਬੰਦੇ ਨੂੰ ਨਾ ਰਲਾ ਕੇ ਆਈ ਕਲਾਜ ਕਰ ਹਾਲਾਤ ਕੋਈ ਲੋਕ ਗੱਲਾਂ ਕਰਦੇ ਨੇ ਲੋਕਾਂ ਗੱਲਾਂ ਕਰਨੀਆਂ ਨਹੀਂ ਨਹੀਂ ਕਰਨੀਆਂ ਬਾਅਦ ਦਾ ਮਸਲਾ ਹੈਗਾ ਸਾਈਆਂ ਨੇ ਘਰੋਂ ਮੈਨੂੰ ਕੱਢਿਆ ਹੈ ਚਾ ਹਾਂ ਹੈ ਸੁਗਰੀ ਇਹ ਕੀ ਕਹਿਣੀ ਪਈ ਹੈ ਘਰੋਂ ਕੱਢ ਦਿੱਤਾ ਹਾਂ ਅੰਮਾ ਨਾ ਮਾਰ ਕੁੱਟ ਕੇ ਮੈਨੂੰ ਘਰੋਂ ਕੱਢਿਆ ਤੋ ਨਾ ਕਿ ਤਲਾਕ ਤੇਰੇ ਘਰੇ ਪਹੁੰਚ ਸੀ ਆ ਤੇ ਘਰੇ ਆਪਾਂ ਟਾਈਮ ਨਾਲ ਤਾਂ ਆਈ ਹੈਗੀਆਂ ਅੱਛਾ ਇਹ ਗੱਲ ਵੇ ਭੂਤਨਿਆ ਫੜ ਉਹਨਾਂ ਦੀ ਧੀ ਤੇ ਐਵੇਂ ਮਾਰ ਕੁੱਟ ਕੇ ਉਹਨਾਂ ਦੇ ਘਰ ਛੱਡ ਕੇ ਆ ਕਿੰਨੂੰ ਮਾਰ ਕੁੱਟ ਕੇ ਘਰੋਂ ਕੱਢਦੇ ਪੈ ਨੇ ਮਾਰ ਕੁੱਟ ਕੇ ਅਗਲੇ ਨੇ ਤੇਰੀ ਧੀ ਨੂੰ ਬਾਹਰ ਕਰ ਦਿੱਤਾ ਤੇ ਇਸ ਲਈ ਤੇਰੇ ਪੁੱਤਰ ਨੂੰ ਕਰਨੀ ਪਈਗਾ ਕਿ ਇਹਨੂੰ ਵੀ ਮਾਰ ਕੁੱਟ ਕੇ ਤੇ ਘਰੇ ਛੱਡ ਕੇ ਆ ਜਿਵੇਂ ਮੇਰੀ ਧੀ ਨਾਲ ਉਹਨਾਂ ਨੇ ਸਲੂਕ ਕੀਤਾ ਮੈਂ ਵੀ ਉਹਨਾਂ ਦੀ ਧੀ ਨਾਲ ਐਵੇਂ ਦਾ ਹੀ ਸਲੂਕ ਕਰਨਾ ਹੈ ਅੱਪਾ ਪਹਿਲੇ ਉਹਦੇ ਕੋਲ ਪੁੱਛ ਤੇ ਲਓ ਇਹਦਾ ਕੋਈ ਕਸੂਰ ਹੋ ਸੀ ਤੇ ਉਹਨਾਂ ਘਰੋਂ ਕੱਢਿਆ ਐਵੇਂ ਉਹਨਾਂ ਨੂੰ ਕੋਈ ਵੱਜੀ ਵਧੀ ਹੈ ਕਿ ਘਰੋਂ ਬਾਹਰ ਕੁਸਵਾਰੀਆਂ ਨੂੰ ਕੱਢਦਾ ਤੂੰ ਚੁੱਪ ਕਰਕੇ ਖਲੋਗਾ ਨਾ ਤੈਨੂੰ ਅੱਜ ਮੈਂ ਚੁਆਤੀਆਂ ਨਾਲ ਫੇਸ ਉਸ ਮੇਰੀ ਭੈਣ ਨੂੰ ਕੁੱਟਿਆ ਕਿਉਂ ਯਾਰ ਛੱਡ ਦੇ ਮੈਨੂੰ ਉਹ ਖਿਆਲ ਕਰ ਖਿਆਲ ਕੀ ਕਰਾਂ ਮੇਰੀ ਭੈਣ ਨੂੰ ਚੰਗਾ ਕੁੱਟਿਆ ਤੇ ਮੈਂ ਹੁਣ ਮੈਂ ਚੁਆਤੀ ਨਾਲ ਤੇਰਾ ਵਾਰ ਸਾੜ ਛੱਡਾਂ ਪਰ ਪੁੱਤਰ ਨੂੰ ਕਿਉਂ ਜਾਣੀ ਪਈ ਹੈ ਆਪਣੇ ਘਰ ਵਾਲਿਆਂ ਨੂੰ ਸੰਭਾਲ ਨਹੀਂ ਸਕਦੀ ਜਾਂ ਮੈਂ ਸਮਝਾ ਨਹੀਂ ਸਕਦੀ ਮੇਰੀ ਇੱਕੋ ਇੱਕ ਧੀ ਗਈ ਹੈ ਫੁੱਲਾਂ ਜੇ ਉਹਨਾਂ ਨੂੰ ਕੁੱਟ ਕੁੱਟ ਕੇ ਉਹਨਾਂ ਕੀ ਅਚਰ ਕਰਤੇ ਓਏ ਮਿੰਟ ਚੁੱਪ ਕਰੋ ਪਹਿਲੇ ਸੁਣ ਤੇ ਲਾਉਂਦੇ ਕੀ ਆਖਣ ਨੇ ਉਹਨਾਂ ਨੂੰ ਆਪਾਂ ਮੇਰਾ ਕੋਈ ਕਸੂਰ ਨਹੀਂ ਹੈਗਾ ਮੈਂ ਉਹਨਾਂ ਨੂੰ ਕੋਈ ਗੱਲ ਨਹੀਂ ਕੀਤੀ ਹੈ ਕਿ ਮਾਂ ਪੁੱਤਰ ਦੋਵੇਂ ਦਿਨ ਰਾਤੀ ਗੁਰਾਟੇ ਮਾਰਦੇ ਹੈਗੇ ਤਾਂ ਮੈਨੂੰ ਨੀਂਦਰ ਨਹੀਂ ਮੇਰੀ ਪੂਰੀ ਹੁੰਦੀ ਹੈ ਕਿ ਤੇ ਮੈਂ ਢਾਲੀ ਹਟ ਜਾ ਕੇ ਸੁੱਤੀ ਹੈ ਕਿ ਤੇ ਮਾਂ ਪੁੱਤਰਾ ਮੈਨੂੰ ਕੁੱਟ ਕੇ ਤੇ ਗਲਿਆ ਹੈਗਾ ਅੱਛਾ ਜਾਗ ਜਾਗ ਕੇ ਮੇਰੀ ਔਲਾਦ ਵੇਖੋ ਕੀ ਹੋ ਗਈ ਮੈਂ ਇੱਕ ਮਿੰਟ ਵਾਸਤੇ ਨਹੀਂ ਸੌਂਦੀ ਹੈਗੀ ਲੈ ਮੇਰੇ ਮਸੂਮ ਬਾਲੜੀ ਵਿਚਾਰੀ ਜੇ ਵਿਚਾਰੀ ਮੰਜੀ ਚੁੱਕ ਕੇ ਜੇ ਚਲੀ ਗਈ ਸੀ ਢਾਲੀ ਹਟਾ ਤੇ ਕਿਹੜਾ ਏਦਾਂ ਜ਼ੁਲਮ ਹੋ ਗਿਆ ਸੀ ਉਹ ਜੇ ਨਹੀਂ ਸੌਂਦੇ ਤੇ ਉਹਨੇ ਤਾਂ ਕੋਈ ਵਿਚਾਰੀ ਨੇ ਨੁੱਕਰ ਚੁੱਕਰ ਲੱਭਣੀ ਹੈ ਆਰਾਮ ਕਰਨ ਵਾਸਤੇ ਸਾਰੇ ਦਿਨ ਤੋਂ ਸਵੇਰ ਤੋਂ ਉੱਠ ਕੇ ਕੰਮ ਕਾਜ ਕਰਦੀ ਰਹਿੰਦੀ ਹੈ ਤੇ ਘੰਟਾ ਤਾਂ ਘੰਟਾ ਸੌ ਵੀ ਨਹੀਂ ਸਕਦੀ ਸਕੂਨ ਨਾਲ ਤੇ ਨਾਲੇ ਸੁਗਰੀ ਸੱਚੀ ਹੈ ਸਾਰਾ ਟਬਰ ਗੁਰਾੜੇ ਭਰਿੰਦਾ ਰਾਤੀ ਹੈ ਸਾਰੀ ਰਾਤ ਮੈਨੂੰ ਕਾਇ ਰੱਖਦੀ ਹੈ ਮੈਂ ਕਦੀ ਬਾਹਰ ਕਦੀ ਅੰਦਰ ਕਦੀ ਬਾਹਰ ਕਦੀ ਅੰਦਰ ਆਜ਼ਾਦ ਤੇ ਚੜਿਆ ਹੋਇਆ ਮੈਂ ਅੱਗੇ ਮੈਂ ਰੁਕਦਾ ਪਿਆ ਤੂੰ ਫੜ ਲੈ ਨੂੰ ਦੋ ਗੱਤ ਭਜਾ ਅਸੀਂ ਤਾਂ ਕਦੀ ਤੰਗ ਨਹੀਂ ਹੋਏ ਤੇ ਖਰਾਕਿਆ ਤੇ ਜਾ ਕੇ ਮਾਰਿਆ ਕੁੱਟਿਆ ਹੋਵੇ ਚੱਲ ਭਾਜਾ
ਵੀਰਾਂ ਨੂੰ ਆਖੀ ਉਹ ਚੰਗਾ ਮੈਨੂੰ ਫੇਰਿਆ ਤਲਾਕ ਤੇਰੇ ਘਰੇ ਪਹੁੰਚੀ ਉਸ ਬਾਦ ਰਮਜ਼ੀ ਦੱਸਦੇ ਨੇ ਅਸੀਂ ਕਤਲ ਕਰਨਾ ਕਤਲ ਹੁੰਦਾ ਅੱਬਾ ਜੀ ਜਲਦੀ ਨਾਲ ਮੇਰੀ ਭੈਣ ਦਾ ਘਰ ਲੱਭੋ ਜਿਹਦੇ ਨੂੰ ਪਰਨਾਮਣਾ ਨਾਲ ਲੱਗਦਾ ਮੇਰਾ ਵੀ ਲੱਭੋ ਅੱਬਾ ਜੀ ਝੂਰ ਦਰਾਂ ਗਈ ਨਾ ਹੋਵੇ ਜਿਵੇਂ ਰਮਜ਼ੀ ਦਰਾਂ ਕੇ ਕਾਲੇ ਬਤਾਉਂ ਰੀਤੋਂ ਦਰਾਂ ਕੇ ਚਿੱਟਾ ਹੋਵੇ ਨਹੀਂ ਨਹੀਂ ਪੁੱਤਰ ਹੁਣ ਮੈਂ ਮੁੰਡਾ ਜਿਹੜਾ ਲੱਭਣਾ ਤੇਰੇ ਵਰਗਾ ਸੋਹਣਾ ਹੀ ਲੱਭਣਾ ਤੇ ਆ ਮੇਰੀ ਧੀ ਤੈਨੂੰ ਮੈਂ ਅੰਦਰ ਪੱਖਾ ਲਾ ਕੇ ਦਿਆਂ ਤੇ ਝੱਟ ਸੌ ਜਾ ਤੂੰ ਠੀਕ ਹੈ ਅੰਮਾ ਹਾਂ ਸੌ ਜਾ ਆਰਾਮ ਨਾਲ ਬੇਫਿਕਰ ਹੋ ਜਾ ਤੂੰ ਮੇਰੀ ਭੈਣ ਨੂੰ ਕੋਟ ਮੇਰੀ ਭੈਣ ਨੂੰ ਕੋਟ ਕੋਟ ਕੇ ਸੁਪਾਹ ਛੱਡਿਆ ਸੀ ਜਿੱਥੇ ਟੱਕਰ ਜਾਵੇ ਉਹਦੇ ਲੱਤਾਂ ਬੰਨ ਲੈਣੀਆਂ ਮੈਂ ਆਉਂਦਾ ਕਾਲਾ ਨਾ ਕੈਸਾ ਫੇਸਾ ਡੱਡੂ ਤੇਰਾ ਖਿਲਾਰ ਦੇਸਾਂ ਜੇ ਬਿਗੈਰਤ ਨਾ ਹੋਵੇ ਝੂਠ ਮਾਰਦੀ ਹੈ ਅਸੀਂ ਉਹਨੂੰ ਜਾ ਕੇ ਉੱਤੋਂ ਫਤਿਆ ਉੱਥੇ ਗੈਰ ਬੰਦੇ ਦੇ ਕੋਲ ਬੈ ਕੇ ਪੀਂਦੀ ਪਈ ਆਈ ਬਦਮਾਸ਼ ਲੈ ਕੇ ਆਇਆ ਨਹੀਂ ਜੀ ਉੱਥੇ ਸਾਡੇ ਪਿੰਡ ਚ ਗੋਲੇ ਵੇਚਦਾ ਪਿਆ ਤਾਂ ਮੈਨੂੰ ਲੈ ਕੇ ਆਇਆ
ਚੌਧਰੀ ਸਾਹਿਬ ਇਹ ਕੂੜ ਮਾਰੀ ਜਾਂਦਾ ਸਾਨੂੰ ਕਤਲ ਕਰਨ ਵਾਸਤੇ ਆ ਭਲਵਾਨ ਨੂੰ ਨਾਲ ਲਿਆਂਦਾ ਸੋ ਚੁੱਪ ਕਰੇ ਕਿਵੇਂ ਤੁਸੀਂ ਫੈਸਲਾ ਕਰੋ ਸਾਨੂੰ ਮਨਜ਼ੂਰ ਹੈ ਅੱਲਾ ਦੇ ਬੰਦੇ ਹੋ ਧੀਆਂ ਘਰ ਦੇ ਵਿੱਚ ਵਸਦੀਆਂ ਚੰਗੀਆਂ ਹੁੰਦੀਆਂ ਤੁਸੀਂ ਐਵੇਂ ਕਰੋ ਵੀ ਇਹਦੀ ਬੇਗਮ ਨੂੰ ਇਹਦੇ ਨਾਲ ਕਰੋ ਤੇ ਚੌਧਰੀ ਸਾਹਿਬ ਮੇਰੀ ਬੇਗਮ ਤੂੰ ਵੀ ਜਾ ਕੇ ਲੈ ਆ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।